ਔਰ ਫਿਰ ਅਮਰਤ ਕੀ ਕਹਿੰਦੀ ਆ ਭਰਜਾਈ ਸਾਡੀ? ਬਸ ਤੰਗ ਹੀ ਕਰਦੀ ਹਾਲੇ ਤੇ। ਹੋਰ ਯਾਰ ਓਏ ਮੇਰੀ ਗੱਲ ਸੁਣ, ਜਿਹੜਾ ਪ੍ਰਦੀਪ ਨੀ ਹੈਗਾ ਆਪਣੇ ਕੋਲਜ ਵਾਲਾ? ਆਹੋ ਆਹੋ, ਓਏ ਬੜਾ ਪੜਦਾ ਨਾ ਓਏ। ਹੋਰ ਓਹਦੇ ਤਾਂ ਸਿਆਪੇ ਮੇਰੇ ਘਰੇ ਪਾਏ ਨੇ ਯਾਰ। ਅੱਛਾ। ਹੋਰ ਮੇਰੀ ਮਾਤਾ ਕਹਿੰਦੀ ਉਹ ਕੋਲਜਾਂ ਦਾ ਤੁਸੀਂ ਫਿਰਦੇ ਰਹਿੰਦੇ ਯਾਰ, ਮੇਰੇ ਡੰਬੇ ਫਰਾਉਗੀ, ਪਾਸ ਪੂਸ ਹੋ ਗਿਆ ਯਾਰ। ਮੈਨੂੰ ਵੀ ਲੱਗਦਾ ਮੇਰੇ ਘਰੋਂ ਵੀ ਛਿੱਤਰ ਫਿਰਨੇ ਜੇ ਕਰਾਈਏ ਕੁੰਡਾ ਬਾਬੇ। ਆਉਂਦੇ ਆਉਂਦੇ ਆਹ ਆ ਰਿਹਾਗਾ ਓਏ, ਰੋਕ ਇਹਨੂੰ। ਕੀ ਹਾਲ ਵੀ? ਉਹ ਵਧੀਆ ਵੀਰੇ, ਵਧੀਆ, ਤੁਸੀਂ ਦੱਸੋ? ਹੋਰ ਸੁਣਾ, ਵਧੀਆ? ਐਨ ਕਿੱਧਰੋਂ? ਬਸ ਕੋਲੇ ਚੱਲਾ ਸੀ, ਲੈਕਚਰ ਸੀ ਇੰਪੋਰਟੈਂਟ। ਉਹ ਕੀ ਕਰੇਗਾ ਕੋਲੇ ਜਾ ਕੇ, ਨਜ਼ਾਰੇ ਲਿਆਈ ਜ਼ਿੰਦਗੀ ਆ, ਮੁੜ ਕੇ ਕਿੰਨੇ ਵੇਖਿਆ ਬਈ। ਜੇ ਆਪਾਂ ਹੁਣ ਪੜ ਲਾਂਗੇ ਨਾ, ਬਾਅਦ ਚੋਂ ਫਿਊਚਰ ਸੈੱਟ ਹੋ ਜਾਏਗਾ। ਬਾਅਦ ਚੋਂ ਵੀਰੇ ਕੰਮ ਕਾਰ ਬੰਦਾ ਪੈ ਜਾਂਦਾ, ਕਿੱਥੇ ਨਜ਼ਾਰੇ ਹੁਣ ਲੈ ਨਜ਼ਾਰੇ ਮੈਂ ਵੇਖ ਪੰਨ ਕਰ। ਚੜੀ ਜਵਾਨੀ ਹੈ ਯਾਰ ਤੇਰੀ, ਕੁੜੀਆਂ ਕਾੜੀਆਂ ਸੈੱਟ ਕਰ ਤੂੰ। ਬਈ ਵਿਆਹ ਤਾਂ ਹੋਣ ਆਈ ਹੈ, ਕੁੜੀਆਂ ਸੈੱਟ ਨਹੀਂ ਨਾਲੇ ਵਸਾਈਆਂ ਜਾਂਦੀਆਂ। ਉਹ ਬਈ ਸਿਆਣੀਆਂ ਗੱਲਾਂ ਨਹੀਂ, ਇਹ ਤਾਂ ਪਤਾ ਹੀ ਹੈ ਯਾਰ, ਕੁੜੀ ਵਿਆਹੀ ਜਾਂਦੀ ਹੁੰਦੀ ਹੈ, ਤੁਸੀਂ ਟਾਈਮ ਪਾਸ ਕਰਕੇ ਛੱਡ ਦਿੰਦੇ ਹੋ। ਕਈ ਕੁੜੀਆਂ ਐਵੇਂ ਕਰਦੀਆਂ ਨੇ, ਬਾਅਦ ਚੋਂ ਮੁੰਡੇ ਰੋਂਦੇ ਰਹਿੰਦੇ ਨੇ, ਕੁੜੀਆਂ ਰੋਂਦੀਆਂ ਰਹਿੰਦੀਆਂ ਨੇ। ਸਿਆਣੇ ਬਣੋ, ਪੜ ਪੁੜ ਲਓ, ਨੌਕਰੀ ਨੁਕਰੀ ਲੱਗ ਜਾਓਗੇ, ਵਧੀਆ ਗੱਲ ਏ। ਚੱਲ ਕੋਈ ਨਾ, ਤੇਰੀ ਮਰਜ਼ੀ, ਸਾਡੀ ਤੇ ਆਈ ਉਮਰ ਆ, ਤੇਰੀ ਮਰਜ਼ੀ, ਲੈਣੇ ਨਹੀਂ ਯਾਰ ਲੈ ਲਾ, ਨਹੀਂ ਤਾਂ ਫਿਰ ਪਛਤਾਏਗਾ ਬਾਅਦ। ਇਹ ਸੋਚਣਾ ਪਛਤਾਣਾ ਹੁੰਦਾ ਬਾਈ, ਬਾਅਦ ਚੋਂ ਲਾਈਫ ਸੈੱਟ ਹੋ ਜਾਏਗੀ ਜਦੋਂ ਮੈਂ ਨੌਕਰੀ ਲੱਗ ਗਿਆ। ਚੱਲ ਕੋਈ ਨਾ, ਤੂੰ ਜਾ ਯਾਰ, ਲਾ ਲੈਕਚਰ, ਲਾ ਲੈਕਚਰ। ਚੱਲ ਠੀਕ ਏ ਵੀਰੇ, ਜਾਣਾ ਫਿਰ ਮੈਂ। ਚੱਲ ਠੀਕ ਏ ਵੀਰੇ, ਆ ਜਾਓ ਲੈਕਚਰ ਲਾ। ਨਾ ਨਾ ਨਾ, ਤੂੰ ਲਾ ਲੈਕਚਰ, ਕੋਈ ਨਹੀਂ ਬਾਈ, ਕੁਛ ਨਹੀਂ ਦੇਣਾ ਕੰਮਾਂ ਨੇ, ਕੋਈ ਚੱਕਰ ਨਹੀਂ ਵੀਰਾ, ਲੈ ਤੂੰ ਨਿਆਰੇ, ਤੂੰ ਲੈ ਨਿਆਰੇ, ਪੜ। ਇਹ ਤਾਂ ਨਹੀਂ ਚੱਲਦਾ ਬਾਬੇ, ਇਹ ਅੱਧਾ ਆਪਾਂ ਲੈਕਚਰ ਦੇ ਕੇ ਭੱਗ ਗਿਆ। ਇਹਨੂੰ ਕਿਹਾ ਨਜ਼ਾਰੇ ਲੈ ਜ਼ਿੰਦਗੀ ਦੇ, ਆਪਾਂ ਨੂੰ ਸਮਝਾ ਕੇ ਤੁਰ ਗਿਆ ਯਾਰ। ਹੋਰ ਦੱਸ, ਤੂੰ ਵੱਡਾ ਸਰ ਲੱਗਿਆ ਆਪਾਂ ਨੂੰ ਲੈਕਚਰ ਦੇਣ ਲੱਗ ਗਿਆ, ਲੈ ਦੱਸ ਹਾਂ ਗੱਲ ਬਣੀਆਂ ਹੋਰ ਕੀ। ਸੱਚ ਮੇਰੀ ਗੱਲ ਸੁਣ ਓਏ ਯਾਰ, ਜੇ ਪੜ ਕੇ ਅੱਗੇ ਲੰਘ ਗਿਆ ਆਪਣੇ ਤੋਂ, ਬਾਬੇ ਮੇਰੇ ਤਾਂ ਘਰੋਂ ਕੱਢ ਦੇਣਗੇ। ਮੈਂ ਉਹ ਵੀ ਤੇਰੇ ਨਾਲ ਹੀ ਸੀ, ਕਿਵੇਂ ਬਾਤ ਹੋ ਗਈ? ਗੱਲ ਸੁਣ ਤੂੰ, ਮੈਂ ਸਕੀਮ ਲਾਈ ਹੋਈ ਹੈ ਇੱਕ ਤਕੜੀ, ਉਹ ਵੀ ਕੀ ਤੈਨੂੰ ਦੱਸੂਗਾ, ਟੈਨਸ਼ਨ ਨਾ ਲੈ, ਕਰ ਕੀ ਦੱਸੂ ਤੈਨੂੰ ਮੈਂ। ਵਾ ਠੀਕ ਹੈ, ਮੈਂ ਤੇਰੇ ਨਾਲ ਆ, ਚੱਕ ਦੇ ਕੰਮ। ਹਾਂ ਆ ਜਾ ਫਿਰ, ਚੱਲੀਏ। ਚਲ ਠੀਕ। ਅਮ੍ਰਿਤਾ, ਤੇਰੀ ਭਰਜਾਈ ਆਉਂਦੀ ਹੈ ਯਾਰ। ਅੱਛਾ, ਰੋਕ ਲਈਏ, ਰੋਕ ਲਾ, ਫੜ ਲਾ, ਹਿੰਮਤ ਜੀ ਨਹੀਂ ਪੈਰੀ, ਰੋਕ ਲਾ। ਓ ਰੁਕੋ, ਕਿੱਧਰ ਨੂੰ ਚੱਲੇ ਤੂੰ? ਬਾਹ ਕਿਉਂ ਫੜੀ ਮੇਰੀ ਯਾਰ? ਮੈਂ ਤੈਨੂੰ ਛੁੱਟਾ ਘਰ ਕਰਦਾ ਯਾਰ, ਤੂੰ ਬਾਹ ਛੱਡ ਮੇਰੀ। ਹਾਂਜੀ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਤੁਹਾਡੇ ਲਈ ਮੈਂ ਲੈ ਕੇ ਆਇਆ ਇੱਕ ਘੈਂਟ ਜੀ ਗੇਮ, ਜਿਹਦਾ ਨਾਮ ਹੈ ਰਮੀ 334। ਇਹ ਗੇਮ ਨੂੰ ਡਾਊਨਲੋਡ ਕਰਨ ਲਈ ਡਿਸਕ੍ਰਿਪਸ਼ਨ ਵਿੱਚ ਲਿੰਕ ਹੈ ਅਤੇ ਕਮੈਂਟ ਬਾਕਸ ਵਿੱਚ ਪਿੰਨ ਕੀਤਾ ਹੋਇਆ, ਅਤੇ ਇਹ ਗੇਮ ਨੂੰ ਕਿਵੇਂ ਖੇਡਣਾ, ਕਿਵੇਂ ਕੀ ਲੌਗਇਨ ਕਰਨਾ ਹੈ, ਉਹ ਮੈਂ ਤੁਹਾਨੂੰ ਅੱਗੇ ਸਕਰੀਨ ਰਿਕਾਰਡਿੰਗ ਰਾਹੀਂ ਦੱਸਾਂਗੇ। ਹਾਂਜੀ, ਤੁਹਾਡੇ ਲਈ ਲੈ ਕੇ ਆਇਆ ਮੈਂ ਇੱਕ ਨਵਾਂ ਐਪਲੀਕੇਸ਼ਨ, ਜਿਸ ਨਾਲ ਤੁਹਾਨੂੰ ਵਧੀਆ ਹੀ ਬੋਨਸ ਮਿਲ ਸਕਦਾ ਹੈ। ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜੇ ਤੁਸੀਂ ਲੋਸ ਵੀ ਕਰ ਰਹੇ ਹੋ ਤਾਂ ਤੁਹਾਨੂੰ ਉਹਦੇ ਬਾਵਜੂਦ ਵੀ ਤੁਹਾਨੂੰ ਬੋਨਸ ਮਿਲੇਗਾ, ਅਤੇ ਇੱਥੇ ਮਿਲ ਰਿਹਾ ਤੁਹਾਨੂੰ ਡੇਲੀ ਡਿਪੋਜ਼ਿਟ ਬੋਨਸ, ਤੁਸੀਂ ਦੇਖ ਹੀ ਸਕਦੇ ਹੋ, ਅਤੇ 2% ਮਿਲ ਰਹੀ ਹੈ ਕਮਿਸ਼ਨ ਆਪਾਂ ਨੂੰ। ਅਤੇ ਇੱਥੇ ਵੇਖੋ, ਸ਼ੇਅਰ ਕਰਕੇ ਵੀ ਆਪਾਂ ਬਹੁਤ ਹੀ ਵਧੀਆ ਪੈਸੇ ਕਮਾ ਸਕਦੇ ਹਾਂ, ਮਤਲਬ ਰਿਵਾਰਡ ਲੈ ਸਕਦੇ ਹਾਂ। ਸਭ ਤੋਂ ਪਹਿਲਾਂ ਇਸ ਗੇਮ ਵਿੱਚ ਕਰੋ ਰਿਚਾਰਜ, ਅਤੇ ਫਿਰ ਖੇਡੋ ਬਹੁਤ ਸਾਰੀਆਂ ਗੇਮਾਂ ਨਾਲ ਆਪਾਂ ਬਹੁਤ ਪੈਸੇ ਕਮਾ ਸਕਦੇ ਹਾਂ। ਅਤੇ ਹੁਣ ਆਪਾਂ ਨੂੰ ਵੇਖ ਰਿਹਾ ਰੈਫਰਲ ਰਿਵਾਰਡਸ, ਇਹ ਵੀ ਆਪਾਂ ਨੂੰ ਬਹੁਤ ਤਰੀਕੇ ਨਾਲ ਮਿਲਦੇ ਰਹੇ, ਤੁਸੀਂ ਦੇਖ ਹੀ ਸਕਦੇ ਹੋ। ਆਪਾਂ ਨੂੰ ਇੱਥੇ ਮਿਲਦੀਆਂ ਨੇ 20 ਗੇਮਾਂ, ਅਤੇ ਇਹਦੇ ਵਿੱਚ ਜੇ ਆਪਾਂ 1 ਤੋਂ 5 ਜਣਿਆਂ ਨੂੰ ਰੈਫਰਲ ਭੇਜਦੇ ਹਾਂ ਵਾ, ਤਾਂ ਉਹਦਾ ਆਪਾਂ ਨੂੰ 1% ਦਾ ਮਿਲੇਗਾ 100 ਰੁਪਈਆ। ਇਸ ਵਿੱਚ ਆਪਾਂ ਬੜੀ ਅਰਨਿੰਗ ਕਰ ਸਕਦੇ ਹਾਂ। ਅਤੇ ਹੁਣ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਵੀ ਲੋਸ ਕਮਿਸ਼ਨ, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਸਕਦਾ ਵੀ ਲੋਸ ਦੇ ਵੀ ਆਪਾਂ ਨੂੰ ਕਮਿਸ਼ਨ ਮਿਲਦੀ ਹੈ। ਜਿਵੇਂ ਫਸਟ ਡਿਪੋਜ਼ਿਟ, ਇਹ ਆਪਾਂ ਨੂੰ ਜੇ 50 ਰੁਪਏ ਦਾ ਡਿਪੋਜ਼ਿਟ ਕਰਾਂਗੇ ਤਾਂ ਆਪਾਂ ਨੂੰ 10 ਰੁਪਏ ਦਾ ਤਾਂ ਰਿਵਾਰਡ ਹੀ ਮਿਲੇਗਾ। ਬਹੁਤ ਹੀ ਘੈਂਟ ਗੇਮ ਹੈ, VIP ਪ੍ਰਮੋਸ਼ਨ ਰਿਵਾਰਡਸ, VIP ਵੀ ਆਪਾਂ ਨੂੰ ਰਿਵਾਰਡ ਮਿਲਣਗੇ। ਜੇ ਆਪਾਂ ਨੂੰ ਕੋਈ ਵੀ ਦਿੱਕਤ ਆਉਂਦੀ ਆਪਾਂ ਟੈਲੀਗ੍ਰਾਮ 'ਤੇ ਜਾ ਕੇ ਉਹ ਕਰ ਸਕਦੇ ਹਾਂ, ਪੁੱਛ ਸਕਦੇ ਹਾਂ ਵੀ ਕਿਵੇਂ ਖੇਡਣੀ ਕਿਵੇਂ ਨਹੀਂ। ਅਤੇ ਹੁਣ ਤੁਸੀਂ ਦੇਖਿਓ, ਆਹ ਵੇਖੋ, ਤਕਰੀਬਨ ਮੈਂ 25,000 ਰੁਪਇਆ ਜਿੱਤ ਚੁੱਕਿਆ ਮੈਂ ਇੰਨੀਆਂ ਗੇਮਾਂ ਵਿੱਚੋਂ। ਅਤੇ ਆਹ ਦੇਖੋ, ਆਪਾਂ ਡਾਇਰੈਕਟ ਰਿਚਾਰਜ ਵੀ ਕਰ ਸਕਦੇ ਹਾਂ ਅਤੇ ਪ੍ਰਮੋਸ਼ਨ ਵੀ ਕਰ ਸਕਦੇ ਹਾਂ ਆਪਣੀ ਗੇਮ ਦੀ। ਅਤੇ ਰਿਚਾਰਜ ਕਰਨਾ ਬਹੁਤ ਹੀ ਸੌਖਾ ਆ, ਦੇਖੋ ਇੱਥੇ ਜਿਵੇਂ ਰਿਚਾਰਜ ਕਰਨਾ ਤੁਸੀਂ ਉਵੇਂ ਕਰ ਸਕਦੇ ਹੋ, ਕਿੰਨੇ ਦਾ ਰਿਚਾਰਜ ਕਰਨਾ ਆਪਾਂ ਬਾਏ 'ਤੇ ਕਲਿੱਕ ਕਰਨਾ ਆਪਾਂ। ਅਤੇ ਇੱਥੇ ਡੇਲੀ ਸਪਿਨ ਵੀ ਮਿਲਦਾ ਹੈ ਅਤੇ VIP ਮੈਂਬਰ ਵੀ ਬਣ ਜਾਓ। ਚਲੋ ਆ ਜਾਓ, ਆਪਾਂ ਤੁਹਾਨੂੰ ਗੇਮ ਖੇਡ ਕੇ ਆਉਂਦੇ ਹਾਂ, ਡਰੈਗਨ ਟਾਈਗਰ ਫਾਈਟ। ਹੁਣ ਦੇਖੋ, ਆਪਾਂ ਗੇਮ 'ਤੇ ਪੈਸੇ ਲਾਉਣ ਲੱਗਿਆ, ਮੈਂ ਹੁਣ ਟਾਈਗਰ 'ਤੇ 100 ਰੁਪਈਆ ਲਾਉਣ ਲੱਗਾ। ਇਹ ਲੱਗ ਗਿਆ, ਇਹ ਮੇਰੇ ਹਿਸਾਬ ਨਾਲ ਲੱਗ ਗਿਆ, ਨਹੀਂ ਲੱਗਿਆ ਨਹੀਂ, ਚਲੋ ਕੋਈ ਦਿੱਕਤ ਨਹੀਂ ਹੈਗੀ, ਮੈਂ ਅਗਲੀ ਵਾਰੀ ਲਾ ਲਵਾਂਗਾ, 100 ਰੁਪਈਆ ਲਾ ਲੈਂਦਾ ਅਗਲੀ ਵਾਰੀ। ਜੇ ਦੇਖੋ, ਜਦੋਂ ਟਾਈਗਰ ਆਪਾਂ ਨੂੰ ਜਿੱਤ ਗਿਆ ਟਾਈਗਰ, ਫਿਰ ਆਪਾਂ ਲੈ ਇਹ ਹੁਣ ਲਾਵਾਂਗੇ ਆਪਾਂ 100 ਰੁਪਈਆ ਟਾਈਗਰ 'ਤੇ, ਇਹ ਆਹ ਲਾਤਾ ਆਪਾਂ 100 ਰੁਪਈਆ।
ਜੇ ਹੁਣ ਆਪਾਂ ਜਿੱਤ ਗਏ ਟਾਈਗਰ ਤੇ ਫਿਰ ਕੋਈ ਚੱਕਰ ਨਹੀਂ ਹੈਗਾ, ਜੇ ਹਾਰ ਵੀ ਗਏ ਕੋਈ ਦਿੱਕਤ ਨਹੀਂ ਹੈਗੀ ਏਡੀ। ਇਹ ਹੁਣ ਮੈਂ 100 ਰੁਪਇਆ ਲਾਇਆ ਹੋਇਆ, ਦੇਖੋ ਕੀ ਬਣਦਾ। ਲਓ ਉਹ ਫਿਰ ਹਾਰ ਗਏ ਆਪਾਂ, ਚਲੋ ਕੋਈ ਗੱਲ ਨਹੀਂ ਹੈਗੀ, ਕੋਈ ਬਾਤ ਨਹੀਂ ਹੈਗੀ। ਹੁਣ ਆਪਾਂ ਲਾਵਾਂਗੇ ਸਿੱਧਾ 150। ਇਹ ਬਸ ਹੁਣ ਸਟਾਰਟ ਹੋ ਗਈ ਗੇਮ। ਫਿਰ ਜੇ ਹੁਣ ਆਪਾਂ ਹਾਰ ਗਏ ਮੈਂ ਸਿੱਧਾ 300 ਲਾ ਦਾਂਗਾ, ਕਿਉਂਕਿ ਆਪਾਂ ਕਰਨੀ ਅਰਨਿੰਗ। ਅਤੇ ਆਹ ਲਾਤਾ 200 ਰੁਪਈਆ ਆਪਾਂ, ਹੁਣ ਦੇਖਦੇ ਹਾਂ ਆਪਾਂ ਜਿੱਤਦੇ ਹਾਂ ਜਾਂ ਨਹੀਂ। ਇਹ ਇਹ ਹੁਣ ਆਪਾਂ ਜੇ ਹਾਰ ਗਏ ਆਪਾਂ ਫਿਰ ਮੈਂ ਡਬਲ ਲਾ ਦੂੰਗਾ। ਹੁਣ ਆਪਾਂ ਹਾਰ ਚੁੱਕੇ ਹਾਂ, ਠੀਕ ਹੈ, ਹੁਣ ਆਪਾਂ ਹਾਰ ਚੁੱਕੇ ਹਾਂ ਨਾ। ਨਹੀਂ ਨਹੀਂ ਆਪਾਂ ਟਾਈਗਰ ਜਿੱਤ ਗਿਆ ਆਪਾਂ ਨੂੰ ਹੁਣ ਪੈਸੇ ਆ ਗਏ, ਓਕੇ ਹੈ ਨਾ। ਅਤੇ ਹੁਣ ਆਹ ਦੇਖੋ ਆਪਾਂ ਜਿੱਤ ਗਏ। ਮੈਂ ਤਾਂ ਦੇਖੋ ਅਰਨਿੰਗ ਕਰ ਲਈ। ਹੁਣ ਆਪਾਂ ਹੋਰ ਵੀ ਗੇਮਾਂ ਬਹੁਤ ਨੇ, ਗੇਮਾਂ ਖੇਡ ਕੇ ਹੌਲੀ ਹੌਲੀ ਦਿਖਾਵਾਂਗੇ ਆਪਾਂ। ਅਤੇ ਆਹ ਇੱਥੋਂ UPI ID ਨਾਲ ਆਪਾਂ ਉਹ ਕਰ ਲਾਂਗੇ, ਵਿਦਡਰਾ ਕਰ ਲਾਂਗੇ, ਆਪਣੇ ਖਾਤੇ 'ਚ ਆ ਜੂਗੀ। ਉਹ ਹੈਰੀ ਬਾਂਹ ਛੱਡ ਦਿਓ ਇਹਦੀ, ਮੈਂ ਨਹੀਂ ਛੱਡਦਾ ਓਏ। ਨਾਲੇ ਕੁੜੀਆਂ ਦੇ ਮਸਲੇ ਤੂੰ ਨਾ ਬੋਲਿਆ ਕਰ ਓਏ, ਤੂੰ ਪੜ੍ਹ ਜਾ ਕੇ। ਓਏ ਬਾਂਹ ਛੱਡ ਦੇ ਕੁੜੀ ਦੀ, ਐਵੇਂ ਕੰਮ ਵੱਧ ਜਾਏਗਾ ਫਿਰ। ਮੈਂ ਨਹੀਂ ਯਾਰ ਛੱਡਦਾ। ਛੱਡ ਦੇ, ਤੈਨੂੰ ਮੈਂ ਹੁਣ ਪਿਆਰ ਨਾਲ ਕਹਿ ਰਿਹਾ, ਬਾਂਹ ਛੱਡ। ਮੈਂ ਨਹੀਂ ਛੱਡਦਾ, ਬਾਂਹ ਛੱਡ ਦੇ ਵੀ। ਪ੍ਰਦੀਪ ਗੱਲ ਸੁਣ ਲਾ ਮੇਰੀ, ਕੁੜੀ ਪਿੱਛੇ ਕਦੇ ਵੀ ਯਾਰੀ 'ਚ ਫਿੱਕ ਨਹੀਂ ਪਵਾਉਣੀ ਚਾਹੀਦੀ, ਠੀਕ ਹੈ ਬਾਈ? ਐਵੇਂ ਜੀ ਯਾਰੀ 'ਤੇ ਤਾਂ ਥੂ ਹੈ ਜਿਹੜਾ ਕੁੜੀਆਂ ਨੂੰ ਥਾਂ ਥਾਂ 'ਤੇ ਰੋਕਦਾ ਹੋਵੇ। ਉਹ ਚੱਲ ਉਹ ਚੱਲ, ਕੁੜੀ ਪਿੱਛੇ ਜ਼ਿਆਦਾ ਤੂੰ ਨਾ ਬਦਮਾਸ਼ ਨਾ ਬਣ, ਠੀਕ ਹੈ? ਉਹ ਬਾਈ ਕੁੜੀ ਦੀ ਇੱਜ਼ਤ ਨਾਲੋਂ ਨਾ ਕੋਈ ਯਾਰੀ ਨਹੀਂ ਪਿਆਰੀ ਹੁੰਦੀ। ਉਹ ਚੱਲ ਕੋਈ ਨਾ, ਤੈਨੂੰ ਵੀ ਦੇਖ ਲਾਂਗੇ ਵੱਡੇ ਰਾਂਝੇ ਨੂੰ। ਆ ਚੱਲੀ ਅੰਮ੍ਰਿਤ, ਇਹ ਤੂੰ ਚੰਗੀ ਨਹੀਂ ਕੀਤੀ, ਤੈਨੂੰ ਵੀ ਵੇਖ ਲਾਂਗੇ। ਓਏ ਕੋਈ ਨਹੀਂ, ਵੇਖ ਲਈ ਤੂੰ ਜਾ। ਤੁਸੀਂ ਠੀਕ ਹੋ ਨਾ ਹੁਣ? ਹਾਂਜੀ ਮੈਂ ਤਾਂ ਠੀਕ ਹਾਂ। ਉਹ ਮੈਨੂੰ ਛੇੜ ਰਹੇ ਸੀ ਤੇ ਤੁਸੀਂ ਧੱਕਾ ਕਿਉਂ ਮਾਰਿਆ ਉਹਨਾਂ ਨੂੰ? ਓ ਯਾਰ ਜੇ ਕੋਈ ਹੋਰ ਕੁੜੀ ਵੀ ਹੁੰਦੀ ਨਾ ਮੈਂ ਤਾਂ ਵੀ ਉਹਨਾਂ ਨੂੰ ਧੱਕਾ ਮਾਰਦਾ, ਪਸਾਨੀਅਤ ਦੇ ਨਾਤੇ। ਅੱਛਾ ਹਾਂਜੀ, ਥੈਂਕ ਯੂ। ਪਤਾ ਨਹੀਂ ਅੱਜ ਜੇ ਤੁਸੀਂ ਨਾ ਹੁੰਦੇ ਨਾ ਮੇਰੇ ਨਾਲ ਕੀ ਕੀ ਬਦਤਮੀਜ਼ੀ ਕਰਦੇ। ਓ ਯਾਰ ਇਹੀ ਤਾਂ ਗੱਲਾਂ ਨੇ, ਇਹਨਾਂ ਜਿਹਾਂ ਕਰਕੇ ਨਾ ਕੁੜੀਆਂ ਕੋਲੇ ਜਾਣ ਤੋਂ, ਇਕੱਲੀਆਂ ਕਿਤੇ ਨਾ ਕਿਤੇ ਜਾਣ ਤੋਂ ਡਰਦੀਆਂ ਨੇ। ਆ ਜਿਹੜਾ ਕਲਯੁੱਗ ਹੈ ਨਾ, ਇਹ ਇੱਥੋਂ ਨਾ ਮੁੱਕ ਜੇ ਫਿਰ ਫਾਇਦਾ। ਮੁੰਡਿਆਂ ਨੂੰ ਅਕਲ ਹੋਣੀ ਚਾਹੀਦੀ ਵੀ ਕੁੜੀ ਨਾਲ ਕਿਵੇਂ ਪੇਸ਼ ਆਉਣਾ ਕਿਵੇਂ ਨਹੀਂ। ਹਾਂਜੀ, ਇਹਨਾਂ ਵਰਗੇ ਮੁੰਡੇ ਦੇ ਰਾਹ 'ਚ ਲੰਘਣ ਹੀ ਨਹੀਂ ਦਿੰਦੇ ਹੈਗੇ, ਜਣੀ ਖਣੀ ਦੀ ਬਾਂਹ ਫੜ ਲੈਂਦੇ ਨੇ। ਹੋਰ ਤਾਂ ਹੀ ਕੁੜੀਆਂ ਇਕੱਲੀ ਕਿਤੇ ਜਾ ਕੇ ਰਾਜੀ ਨਹੀਂ ਹੁੰਦੀ। ਤੇ ਥੈਂਕ ਯੂ ਤੁਸੀਂ ਮੇਰੀ ਹੈਲਪ ਕੀਤੀ। ਯਾਰ ਫਿਰ ਕੀ ਹੋ ਗਿਆ, ਇਹ ਤਾਂ ਸਾਰਿਆਂ ਦੀ ਹੈਲਪ ਕਰਦਾ, ਜੇ ਕੋਈ ਤੁਸੀਂ ਨਾ ਹੁੰਦੇ ਕੋਈ ਹੋਰ ਹੁੰਦਾ ਮੈਂ ਤਾਂ ਵੀ ਹੈਲਪ ਕਰਦਾ। ਠੀਕ ਹੈ ਜੀ, ਇੰਨਾ ਕੁ ਤਾਂ ਹੋਣਾ ਚਾਹੀਦਾ ਯਾਰ। ਮੈਨੂੰ ਨਾ ਤੁਹਾਡਾ ਨੇਚਰ ਬਹੁਤ ਵਧੀਆ ਲੱਗਿਆ, ਤੇ ਕੀ ਆਪਾਂ ਫਰੈਂਡਸ ਬਣ ਸਕਦੇ ਆ? ਹਾਂਜੀ ਚਲੋ ਕੋਈ ਨਹੀਂ, ਨਹੀਂ ਚਲੋ ਮੈਂ ਜਾਣਾ, ਮੈਂ ਕਾਲਜ ਜਾਣਾ ਸੀ, ਲੇਟ ਹੋ ਰਿਹਾ। ਹਾਂਜੀ ਠੀਕ ਹੈ ਜੀ, ਓਕੇ ਓਕੇ ਜੀ ਓਕੇ। ਓਏ ਉਧਰ ਧੱਕਾ ਮਾਰ ਗਿਆ, ਤੂੰ ਚੁੱਪ ਰੱਖ ਲੋਤਾ ਨੇ ਯਾਰ। ਉਹ ਗੱਲ ਤੇ ਸੁਣ ਅੰਮ੍ਰਿਤ ਮੇਰੀ, ਜਿਹੜੀ ਤੇਰਾ ਭਰਾ ਸਕੀਮ ਲਈ ਬੈਠਾ ਗਾ, ਫਿਰ ਉਹ ਵੀ ਤੇ ਪੂਰ ਚਾੜਨੀ ਆਪਾਂ ਨੇ। ਓਏ ਉਹ ਜਿਹੜੀ ਕੁੜੀ ਹੈਗੀ ਨਹੀਂ ਸੀਗੀ ਜਿਹਨੂੰ ਆਪਾਂ ਰੋਕਿਆ ਸੀਗਾ, ਹੁਣ ਕੁੜੀ ਨੂੰ ਥੋੜਾ ਆਪਾਂ ਕੁਛ ਕਵਾਂਗੇ, ਤੂੰ ਉਹਦਾ ਵੇਖ ਕੀ ਕਰਨਾ। ਓਏ ਉਹ ਕੁੜੀ ਨਹੀਂ ਹੈਗੀ, ਓਏ ਉਹ ਆਪਣੀ ਛੱਡੀ ਹੋਈ ਕਬੂਤਰੀ ਆ ਮਿੱਠਿਆ। ਅੱਛਾ ਹਾਂ, ਸਕੀਮ ਆਪਾਂ ਸੋਚ ਸਮਝ ਕੇ ਗੋਲ ਮਟੋਲ ਕਰਕੇ ਫੇਰ ਲਾਈ ਹੋਈ ਆ, ਤੂੰ ਵੇਖ ਹੀ ਜਾ ਅੱਗੇ ਹੁਣ ਹੁੰਦਾ ਕੀ। ਠੀਕ ਹੈ ਠੀਕ ਹੈ ਹਾਂ। ਅੱਛਾ ਮੇਰਾ ਦਿਲ ਕਰਦਾ ਉੱਥੇ ਹੀ ਸੁੱਟ ਲਾ ਜਿਵੇਂ ਤੂੰ ਧੱਕਾ ਮਾਰਿਆ। ਉਹ ਨਹੀਂ ਉਹ ਨਹੀਂ ਅੰਮ੍ਰਿਤ, ਉਹ ਤੂੰ ਠੰਡਾ ਰਿਹਾ ਕਰ, ਤਾਂ ਹੀ ਆਪਣੀ ਸਕੀਮ ਕਾਮਯਾਬ ਹੋਊਗੀ। ਕਿਉਂ ਪਰ ਯਾਰ ਗੁੱਸਾ ਜਿਹੜਾ ਤਾਂ ਇੱਕ ਵਾਰ ਤੇ ਬੰਦੇ ਨੇ। ਉਹ ਚੱਲ ਕੋਈ ਨਾ ਕੋਈ ਨਾ, ਟੈਨਸ਼ਨ ਨਾ ਲੈ ਤੂੰ, ਆ ਚੱਲੀ ਆਪਾਂ ਘਰ ਨੂੰ। ਚੱਲ ਚੱਲੀਏ। ਕਿੱਥੇ ਰਹਿ ਗਈ ਯਾਰ? ਓ ਵੇ ਆ ਗਈ। ਹੈਲੋ, ਬਾਂਹ ਛੱਡ ਮੇਰੀ। ਹਾਂ ਵੀ ਹਲੇ ਵੀ ਤੁਸੀਂ ਉਹੀ ਕੈਰੇਕਟਰ ਚੋਂ? ਐਵੇਂ ਨਹੀਂ ਰੱਖਿਆ ਥੀਏਟਰ ਕਾਲਜ। ਚੱਲ ਇਹ ਗੱਲਾਂ ਤੂੰ ਛੱਡ, ਪਹਿਲਾਂ ਐਂ ਦੱਸ ਜਿਹੜੀ ਮੈਂ ਸਕੀਮ ਦੱਸੀ ਸੀ ਤੈਨੂੰ ਉਹ ਲਾਤੀ ਤੂੰ? ਸਕੀਮ ਦੀ ਪਹਿਲੀ ਪੌੜੀ ਤਾਂ ਚੜ ਹੀ ਗਈ ਮੈਂ, ਅੱਗੇ ਅੱਗੇ ਦੇਖੋ ਬਣਦਾ ਕੀ ਹੈ। ਅੱਛਾ ਠੀਕ ਹੈ ਠੀਕ ਹੈ। ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਆਪਾਂ ਦੋਸਤ ਬਣ ਜਾਂਦੇ ਆ, ਸੋਚ ਕੇ ਜੇ ਕਹਿੰਦਾ ਹਾਂ ਠੀਕ ਹੈ। ਅੱਛਾ ਹਾਂ ਬਣ ਚੁੱਕੀ ਗੱਲ ਅੱਗੇ ਤਾਂ। ਬਸ ਠੀਕ ਹੈ, ਦੱਬੀ ਰੱਖ ਦੋ ਕਿੱਲੀ ਹੈ। ਹੱਕ ਸਿਰਫ ਮੇਰਾ ਗਾ, ਤੂੰ ਤੇ ਹੱਦ ਹੀ ਪਾਰ ਕਰੀ ਜਾਂਦਾ ਯਾਰ। ਨਾਲੇ ਮੈਂ ਕਿਹੜਾ ਹੱਥ ਫੜਨ ਲੱਗਾ, ਮੈਂ ਤਾਂ ਮਜ਼ਾਕ ਲੱਗਾ ਯਾਰ। ਚਲ ਫਿਰ ਤੇ ਠੀਕ ਹੈ, ਵੇ ਦਿਓਰਾ ਤੂੰ ਟੈਨਸ਼ਨ ਨਾ ਕਰ,
ਗੱਲ ਤਾਂ ਮੈਂ ਤੇਰੀ ਕਰਾ ਦੂੰ ਪਰ ਐਂ ਦੱਸ ਪਾਰਟੀ ਕਿੱਥੇ ਦੇਂਗਾ ਜਿੱਥੇ ਇਹਨੇ ਪਾਰਟੀ ਦਿੱਤੀ ਉੱਥੇ ਮੈਂ ਦੇ ਦੂੰਗੀ ਏਡੀ ਕਿੱਡੀ ਗੱਲ ਆ ਭਾਬੀ ਤੁਸੀਂ ਕਿੱਥੇ ਪਾਰਟੀ ਦਿੱਤੀ ਸੀ ਮੈਂ ਕਦੋਂ ਦਿੱਤੀ ਆ ਪਾਰਟੀ ਯਾਰ ਬਸ਼ਰਮ ਕਰ ਰਿਹਾ ਜਾਣ ਕੇ ਓਏ ਹੋ ਫਿਰ ਮੈਂ ਦੇ ਦੂੰ ਪਾਰਟੀ ਤੂੰ ਕੀ ਖਾਣਾ ਤੂੰ ਦੱਸ ਦੇ ਉਹੀ ਖਾ ਲਈ ਗਰਮ ਕੁੱਤਾ ਖਾਊਂ ਮੈਂ ਤਾਂ ਗਰਮ ਕੁੱਤਾ ਉਹ ਕੀ ਹੁੰਦਾ ਹੌਟ ਡੌਗ ਤੇ ਫਿਰ ਇੰਗਲਿਸ਼ ਚ ਬੋਲ ਪਾ ਉਹ ਮੁੰਡਾ ਸਾਡਾ ਪੜਾਕੂ ਆ ਯਾਰ ਹਾਂ ਤੁਸੀਂ ਵੀ ਲੈਕਚਰ ਤਾਂ ਲਾਉਂਦੇ ਨਹੀਂ ਹੈਗੇ ਤੁਸੀਂ ਉਹ ਕੋਈ ਨਾ ਜਿਹੜੇ ਤੈਨੂੰ ਲੈਕਚਰ ਦਿੱਤੇ ਹੋਇਆ ਪਹਿਲਾਂ ਉਹ ਤਾਂ ਲਾ ਦੇ ਉਹ ਤਾਂ ਲੱਗੀ ਜਾਂਦੇ ਨੇ ਪਾਸ ਵੀ ਹੋ ਜੂਗਾ ਨਾ ਚਾਹ ਤਾਂ ਮੈਂ ਅੱਛਾ ਚਾਰ ਆ ਕੀ ਦਾ ਆ ਗਿਆ ਯਾਰ ਹੁਣ ਕਿਹਦਾ ਫੋਨ ਹੈ ਓਏ ਉਹ ਤਾਂ ਮੁੰਡੇ ਦਾ ਫੋਨ ਆਗਾ ਹੈਗਾ ਮੁੰਡੇ ਦਾ ਆ ਦੇਖ ਲੈ ਨਾਮ ਦਾ ਹੀ ਆ ਬਾਈ ਓਏ ਹੋਰ ਆ ਦੇ ਠੀਕ ਆ ਫਿਰ ਤਾਂ ਦੱਸ ਦੇ ਜੇ ਤੈਨੂੰ ਪਤਾ ਕੋਈ ਹੋਰ ਭਾਬੀ ਭਾਬੀ ਮੈਨੂੰ ਤਾਂ ਕੁਝ ਪਤਾ ਨਹੀਂ ਮੈਨੂੰ ਤਾਂ ਪੇਤ ਨਹੀਂ ਹੁੰਦਾ ਹੋਰ ਇਹ ਮੈਂ ਤਾਂ ਸੰਗਦਾ ਕਿਉਂ ਰਹਿੰਦਾ ਓਏ ਇੰਹੀ ਆ ਬਸ ਚੱਲ ਠੀਕ ਹੈ ਮੈਂ ਜਾਵਾਂ ਹਾਂ ਹਾਂ ਜਾ ਤੂੰ ਲਾ ਲੈਕਚਰ ਪੂਰੇ ਹੈ ਟਾਈਮ ਨਾਲ ਘਰੇ ਚੱਲ ਜਾ ਕੋਈ ਨਾ ਕੋਈ ਨਾ ਲੈ ਬਈ ਮੁੰਡਿਆ ਆਪਣੀ ਸਕੀਮ ਤਾਂ ਹੋਣ ਵਾਲੀ ਆ ਕਾਮਯਾਬ ਠੀਕ ਹੈ ਹੁਣ ਇਹਦੀ ਵੀ ਪੜਾਈਆਂ ਪੂਰੀਆਂ ਨੇ ਹਾਂ ਹੁਣ ਹੋ ਕੇ ਦਿਖਾਵੇ ਪਾਸ ਸਹੀ ਗੱਲ ਆ ਇਹਨੂੰ ਵੀ ਪਤਾ ਲੱਗੂ ਕਿੱਥੇ ਪੰਗਾ ਲੈ ਲਿਆ ਹਾਂ ਦੀਪੋ ਹਾਂਜੀ ਕਿਵੇਂ ਹੋ ਵਧੀਆ ਤੁਸੀਂ ਦੱਸੋ ਅੱਛਾ ਮੈਂ ਵੀ ਠੀਕ ਹਾਂ ਤੇ ਮੈਂ ਨਾ ਇਹ ਕਹਿ ਰਹੀ ਸੀ ਮੇਰੀ ਤਾਂ ਯਾਰ ਬੱਸ ਹੀ ਨਹੀਂ ਆਈ ਹੈਗੀ ਸ਼ਾਇਦ ਅੱਜ ਮਿਸ ਹੋ ਗਈ ਤੇ ਤੂੰ ਮੈਨੂੰ ਕਾਲਜ ਛੱਡ ਆਏਂਗਾ ਹਾਂ ਚਲੋ ਕੋਈ ਨਾ ਛੱਡ ਦਿੰਨਾ ਮੈਂ ਬਹਿ ਜਾ ਥੈਂਕ ਯੂ ਤੁਸੀਂ ਅੱਜ ਲੇਟ ਹੋ ਗਏ ਨਾ ਤਾਂ ਕਰਕੇ ਤੁਹਾਡੀ ਬੱਸ ਲੰਘ ਗਈ ਨਹੀਂ ਸ਼ਾਇਦ ਮਿਸ ਹੋ ਗਈ ਹੋਗੀ ਮੈਂ ਤਾਂ ਟਾਈਮ ਤੇ ਹੀ ਆਈ ਸੀਗੀ ਪਤਾ ਨਹੀਂ ਹੁਣ ਦੇਖੋ ਦੀਪ ਰੁਕਿਆ ਇੱਕ ਮਿੰਟ ਕੀ ਹੋ ਗਿਆ ਹਾਂਜੀ ਕੀ ਹੋ ਗਿਆ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਅੱਛਾ ਚਲੋ ਦੱਸੋ ਫਿਰ ਚਲ ਰਹਿਣ ਦੋ ਕਿਉਂ ਨਹੀਂ ਬਸ ਛੱਡੋ ਚਲ ਦੱਸੋ ਫਿਰ ਹੁਣ ਪਰ ਮੈਨੂੰ ਡਰ ਵੀ ਲੱਗਦਾ ਡਰਨ ਨੂੰ ਐਵੇਂ ਜੀ ਕਿਹੜੀ ਗੱਲ ਹੈ ਮੈਂ ਕਹਿੰਦਾ ਡੱਬ ਨਾਲ ਪਿਸਤੌਲ ਲਾਈ ਫਿਰਦਾ ਤੇ ਡਰਿਆ ਨਾ ਤੁਸੀਂ ਐ ਪਿਸਤੌਲ ਦੀ ਗੱਲ ਨਹੀਂ ਹੈਗੀ ਮਤਲਬ ਮੈਂ ਨਾ ਤੁਹਾਨੂੰ ਪਸੰਦ ਕਰਦੀ ਇਹ ਕੀ ਕਹਿ ਰਹੀ ਯਾਰ ਮੈਂ ਤਾਂ ਇਦਾਂ ਦਾ ਕਦੇ ਸੋਚਿਆ ਵੀ ਨਹੀਂ ਤੁਸੀਂ ਨਹੀਂ ਸੋਚਿਆ ਫਿਰ ਮੈਂ ਕੀ ਕਰ ਸਕਦੀ ਆਂ ਮੈਂ ਤਾਂ ਸੋਚ ਲਿਆ ਓ ਯਾਰ ਮੈਂ ਨਾ ਕੁੜੀਆਂ ਦੇ ਚੱਕਰ ਤੋਂ ਦੂਰ ਹੀ ਰਹਿਣਾ ਵਾਂ ਮੈਂ ਤੇ ਆਪਣੇ ਫਿਊਚਰ ਬਾਰੇ ਸੋਚਦਾ ਲੈ ਕੁੜੀਆਂ ਨਾਲ ਕਿਹੜਾ ਫਿਊਚਰ ਬਣ ਨਹੀਂ ਸਕਦਾ ਹੈਗਾ ਉਹ ਨਹੀਂ ਯਾਰ ਮੈਂ ਆ ਕੰਮਾਂ ਤੋਂ ਦੂਰ ਹੀ ਚੰਗਾ ਮੈਨੂੰ ਕੁਛ ਨਹੀਂ ਚਾਹੀਦਾ ਤੁਹਾਨੂੰ ਮੈਂ ਕਾਲਜ ਡ੍ਰੌਪ ਕਰ ਦਿੰਨਾ ਤੁਸੀਂ ਬਸ ਇੰਨਾ ਦੱਸੋ ਇਹਦਾ ਮਤਲਬ ਤੇਰੀ ਨਾ ਹੈ ਮੈਂ ਨਹੀਂ ਗੱਲ ਕਰਦਾ ਬਈ ਚੱਲ ਠੀਕ ਆ ਜੇ ਤੂੰ ਨਹੀਂ ਮੰਨਦਾ ਨਾ ਤਾਂ ਮੈਂ ਨਹਿਰ 'ਚ ਛਾਲ ਮਾਰਦੀ ਫਿਰ ਓਏ ਇਹ ਕੀ ਗੱਲ ਬਣੀ ਫਿਰ ਜਾਂ ਤਾਂ ਤੂੰ ਹਾਂ ਕਰ ਦੇ ਨਹੀਂ ਮੈਂ ਮਾਰ ਜੂੰਗੀ ਓ ਯਾਰ ਇਦਾਂ ਨਹੀਂ ਹੁੰਦਾ ਹਾਂ ਕਿ ਨਾ ਓ ਯਾਰ ਮੈਂ ਨਹੀਂ ਕਰਨੀ ਗੱਲ ਸਮਝੀ ਦੀ ਹੁੰਦੀ ਹੈ ਮਤਲਬ ਮੈਂ ਨਾ ਸਮਝ ਲਾ ਯਾਰ ਮੈਂ ਚੱਲ ਸੋਚ ਕੇ ਦੱਸੂਗਾ ਸੋਚਣ ਦਾ ਟਾਈਮ ਨਹੀਂ ਹੈਗਾ ਦੀਪੋ ਹਾਂ ਜਾਂ ਨਾ ਕੀ ਕਰਾਂ ਮੈਂ ਹਾਂ ਕਰਾਂ ਨਾ ਕਰਾਂ ਉਧਰ ਕੀ ਬੋਲੀ ਜਾਣਾ ਚਲੋ ਠੀਕ ਹੈ ਯਾਰ ਪੱਕੀ ਗੱਲ ਹੈ ਹਾਂਜੀ ਪੱਕੀ ਗੱਲ ਹੈ ਹੁਣ ਤਾਂ ਖੁਸ਼ ਹਾਂ ਹਾਂ ਚੱਲ ਹੁਣ ਚੱਲ ਮੈਂ ਜਲਦੀ ਕਾਲਜ ਛੱਡਿਆ ਹੁਣ ਕਾਲਜ ਕਿਉਂ ਜਾਣਾ ਹੁਣ ਖਲੋ ਜਾ 2 ਮਿੰਟ ਲੈ ਮੈਂ ਲੈਕਚਰ ਲਾਉਣਾਗਾ ਮੈਂ ਵੀ ਲਾਉਣਾ ਲੈਕਚਰ ਹੁਣ ਐਂ ਕਰਦੀ ਆ ਦੀਪ ਨੂੰ ਫੋਨ ਲਾ ਲੈਣੀ ਆ ਪਾਈਏ ਕੋਈ ਸਕੀਮ ਹੈਲੋ ਕਿੱਦਾਂ ਦੀਪ ਮੈਂ ਵੀ ਠੀਕ ਆ ਹੋਰ ਕੀ ਕਰਦੇ ਸੀ ਕਿਉਂ ਕੰਮ ਕੁੰਮ ਨਹੀਂ ਕਰਨਾ ਕੋਈ ਅੱਛਾ ਤੁਸੀਂ ਵੱਡੇ ਬੰਦੇ ਤੇ ਘਰ ਕਦੋਂ ਚੱਲ ਗਏ ਸੀ ਸਿਆਣੇ ਹੋ ਤੁਸੀਂ ਹੈ ਨਾ ਹੋਰ ਉਹ ਮੈਂ ਨਾ ਫੋਨ ਤਾਂ ਨਹੀਂ ਕਰਦੀ ਹੈਗੀ ਕਿਉਂਕਿ ਮੇਰੇ ਕੋਲ ਆਪਦਾ ਫੋਨ ਨਹੀਂ ਨਾ ਹੈਗਾ ਮੇਰੇ ਕੋਲ ਮੰਮੀ ਵਾਲਾ ਫੋਨ ਹੁੰਦਾ
ਕਾਲਜ 'ਚ ਮੈਂ ਲੈ ਕੇ ਨਹੀਂ ਜਾਂਦੀ ਹੈਗੀ ਅਤੇ ਘਰ ਆ ਕੇ ਮੰਮੀ ਨਹੀਂ ਦਿੰਦੇ ਹੈਗੇ। ਹੁਣ 5 ਕੁ ਮਿੰਟ ਮਿਲਿਆ ਬਸ ਤਾਂ ਤੁਹਾਨੂੰ ਕਾਲ ਕਰ ਲਈ। ਪਰ ਇੱਕ ਗੱਲ ਦੱਸਾਂ, ਮੇਰਾ ਨਾ ਤੁਹਾਡੇ ਬਿਨਾਂ ਜਮਾਂ ਜੀ ਨਹੀਂ ਲੱਗਦਾ। ਹੋਰ ਮੈਨੂੰ ਐਂ ਹੁੰਦਾ ਵੀ ਸਾਰਾ ਦਿਨ ਮੈਂ ਤੁਹਾਡੇ ਨਾਲ ਹੀ ਗੱਲ ਕਰੀ ਜਾਵਾਂ। ਪਰ ਅਫਸੋਸ ਕਿ ਮੈਂ ਤੁਹਾਡੇ ਨਾਲ ਗੱਲ ਕਰ ਹੀ ਨਹੀਂ ਸਕਦੀ ਸਾਰਾ ਦਿਨ, ਕਿਉਂਕਿ ਮੇਰੇ ਕੋਲ ਕਿਹੜਾ ਫੋਨ ਆ। ਹੁਣ ਫਿਰ ਮੈਂ ਕੀ ਕਰਾਂ? ਤੁਸੀਂ? ਨਹੀਂ ਨਹੀਂ ਮੈਂ ਤੁਹਾਡੇ ਤੋਂ ਲੈਂਦੀ। ਬਸ ਕੋਈ ਨਹੀਂ, ਮੰਮੀ ਹੁਣੀ ਲੈ ਕੇ ਦੇ ਦੇਣਗੇ। ਅੱਛਾ ਚੱਲ, ਜੇ ਤੁਸੀਂ ਇੰਨਾ ਹੀ ਕਹਿ ਰਹੇ ਹੋ ਫਿਰ ਲੈ ਦਿਓ। ਅੱਛਾ ਠੀਕ ਹੈ, ਓਕੇ ਚੱਲ ਠੀਕ ਹੈ, ਮੰਮੀ ਆ ਗਏ, ਮੈਂ ਫਿਰ ਕਰਦੀ ਹਾਂ। ਲੈ ਵੀ ਫੋਨ ਦੀ ਸਕੀਮ ਤਾਂ ਲੱਗ ਗਈ, ਅੱਗੇ ਅੱਗੇ ਦੇਖ ਹੁੰਦਾ ਕੀ ਹੈ। ਫਿਲਟਰ ਤੋਂ ਬਿਨਾਂ ਮੈਂ ਕੈਮਰੇ ਚ ਆਪਦੇ ਆਪ ਨੂੰ ਕੋਈ ਸੋਹਣੀ ਨਹੀਂ ਲੱਗਦੀ। ਅੱਛਾ ਐਡੀ ਗੱਲ ਹੋ ਗਈ ਏ, ਨਾ ਤੁਹਾਡੀ ਫੋਟੋ ਵਿੱਚ ਚੱਲ ਮੇਰੀ ਤੇ ਕੀ ਕਿਤਨੀ ਹੋ ਦੋ ਵਾਰ ਤੇ ਕਿਤੇ ਆਪੇ ਥੋੜੀ ਖਿੱਚ ਜਾਂਦੀ ਹੁੰਦੀ ਆ। ਕੈਂਡ ਖਿੱਚੀ ਫੋਟੋ ਨਾ ਕਿਤੀ ਸੋਹਣੀ ਕਿਵੇਂ ਫੋਟੋ ਖਿੱਚ ਲਈ ਐਂ ਆ ਬਸ ਪਿੱਛੇ ਕੋਣ ਆ ਗਿਆ ਬਲਦ ਜਾਂਦਾ ਉਹ ਆ ਗਿਆ ਇਹ ਕਿੱਡਾ ਭੈੜਾ ਬਲਦ ਹੈ। ਚੱਲ ਜਾਵਾਂ ਮੈਂ ਤੇਰੇ ਘਰ। ਕੀ ਕਰਨਾ ਘਰ ਤੇ ਲਈ ਜਾ ਕੇ? ਤੂੰ ਫਿਰ ਇੱਥੇ ਬੜੇ ਕੀ ਕਰ ਰਹੇ ਹੋ? ਇੱਥੇ ਆਪਾਂ ਖੜੇ ਪਿਆਰ ਕਰ ਰਹੇ ਹਾਂ। ਪਿਆਰ ਥੋੜੀ ਕਰ ਰਹੇ ਹਾਂ, ਕੀ ਕਰ ਰਹੇ? ਧੁੱਪੇ ਮੱਚ ਰਹੀ ਹੈ ਇੱਥੇ ਗਰਮੀ। ਹਾਏ ਦੇਖੀ ਹੁਣ ਇੰਨੀ ਗਰਮੀ ਆ ਨਾ, ਅੱਗੇ ਪਤਾ ਨਹੀਂ ਕੀ ਬਣੂ। ਆ ਵਿੱਚ ਨਾਲ ਸੱਚ ਮੈਂ ਆਪਣੀ ਆਈਡੀ ਚ ਲਾ ਦੀ ਆਈਡੀ ਇੰਨਾ ਨਾਲ ਲੈ ਲੈ ਤਾਂ ਮੈਂ ਹੈਗੇ ਪਹਿਲੀ ਵਾਰ ਤੇ ਕਿਸੇ ਕੁੜੀ ਨਾਲ ਗੱਲ ਕੀਤੀ। ਸਹੀ, ਮੇਰਾ ਤਾਂ ਫਿਊਚਰ ਲਾ ਰੱਖੀ ਜਨੋ। ਮੇਰਾ ਫਿਊਚਰ ਹੋਰਦਾ ਉਹ ਤੋਂ ਮਤਲਬ ਫਿਊਚਰ ਵਧੀਆ ਕਰਦਾ। ਬਸ ਮੈਂ ਬੋਲਦੀ ਫਿਊਚਰ ਵਧੀਆ ਕਰਦਾ। ਪਹਿਲਾਂ ਤਾਂ ਫੋਨ ਦੇ ਦੇ। ਅੱਛਾ ਮੇਰਾ ਕਿੱਡੀ ਗੱਲ ਹੋ ਗਈ। ਯੈਸ ਫਿਊਚਰ ਹੋ ਤਾਂ ਮੈਂ ਹੈ ਤੁਸੀਂ ਫਿਊਚਰ ਹੋ? ਨਹੀਂ ਤੁਸੀਂ, ਮੈਂ ਕਿਹਾ ਹੁਣ ਤੇ ਮੇਰਾ ਫਿਊਚਰ ਤੁਸੀਂ ਹੋ ਗਏ। ਹਾਂ ਪਹਿਲਾਂ ਕੀ ਕਿਹਾ ਸੀ ਫਿਊਚਰ ਰੋਲ ਤਾਂ। ਚਲੋ ਮੈਂ ਤੁਹਾਨੂੰ ਡ੍ਰੌਪ ਕਰ ਦੇਣਾ ਬੈਜ। ਨਹੀਂ ਮੈਂ ਆਪੇ ਜਾਊਂਗੀ। ਕਿਉਂ ਆਪੇ ਜਾਊਂਗੀ ਬੈਜ? ਚੁੱਪ ਕਰਕੇ ਪੈਦਲ ਜਾਊਂਗੀ ਮੈਂ। ਟੁੱਕਰ ਟੁੱਕਰ ਕਰਕੇ ਬਹਿ ਜਾਓ। ਯਾਰ ਕੀ ਕਰਾਂ ਹੁਣ ਮੈਂ? ਕੋਈ ਨੀ ਮੈਂ ਹੈਗਾ ਵਾ, ਕਿਉਂ ਘਾਬਰਦੇ ਹੋ? ਹੁਣੀ ਕਢਾ ਕੇ ਲੈ ਆਈਆਂ ਜੀ ਯਾਰ। ਤੁਹਾਨੂੰ ਤਾਂ ਚਾਹੀਦੇ ਹੋਣਗੇ। ਤੇ ਹੋਰ ਕਢਾ ਲੂੰਗਾ, ਕਿੱਡੀ ਗੱਲ ਹੈ। ਕਿੰਨੇ ਨੇ ਇਹ? 20,000 ਰੁਪਏ। 20 ਕਢਾਇਆ ਸੀ?
अच्छा चल कोई नहीं मैं मोड़ दूंगी ठीक है थोड़े ओ कोई नहीं तो ढेर पैसे प्यारे नहीं जाने ओ तो ठीक है जानी है हुन मैं ठीक है मैं छड्डा मां नहीं नहीं मैं आप ही चल जाऊंगी मैं पता है की सोचे भी आज आपा कुछ घूम फिर लवा कुछ खा पी लवांगे ता कड़ा के ले पे मैं किथे घूमना फिरना मेरे तो और ही नहीं सेपे लोट आंदे चल चल ठीक है ओके बाय वो किधर चली फटाफट च पता तो हैगा थानू मैं किथे आना हुंदा ते आलो जेड़ा तुसी मेनू काम गया सी ओ भी ओए होए क्या बात है अमृत ओए आज ता चांदी बन गई क्या फोन भी क्या बात है अमृत एप्पल दा फोन है 50000 दा लेके दित्ता क्या बात है ओए इल्ले टूट गया वो मैं ता करता गमला प्यार च ओए होए अरे ज्यादा मड़ी नहीं होता ये ਓਏ ਐਵੇਂ ਦੇ ਨਾਲ ਐਵੇਂ ਦੀ ਹੋਣਾ ਚਾਹੀਦਾ ਓਏ ਚੱਲ ਡਿਗਰੀ ਤਾਂ ਪੂਰੀ ਹੋ ਗਈ ਉਹਦੀ ਕੀ ਬਾਤ ਹੈ ਮੇਰੇ ਤੋਂ ਵਾਰਨੇ ਸੀ ਓ ਭਾਬੀ ਗਲਤੀ ਹੋ ਜਾਂਦੀ ਹੈ ਇੰਨੀ ਗਲਤੀ ਹੋ ਜਾਂਦੀ ਹੈ ਲੈ ਯਾਰ ਗਿਣ ਪੈਸੇ ਤੋਂ ਕੀ ਖਾਣਾ ਦੱਸ ਅੱਜ ਉਹੀ ਕਾਲਾ ਕੁੱਤਾ ਬਲੈਕ ਡੌਗ ਯੈਸ ਓਏ ਖਾ ਲੈਨੇ ਆ ਤੇਰੀ ਭਰਜਾਈ ਨੇ ਪੁੱਛ ਕੀ ਖਾਏਗੀ ਫਿਰ ਉਹੀ ਦੱਸੋ ਭਾਬੀ ਕਾਲਾ ਕੁੱਤਾ ਹੀ ਮੈਂ ਖਾਉਂ ਫਿਰ ਤਾਂ ਚਲੋ ਫਿਰ ਚੱਲ ਗਏ ਚਲੋ ਫਿਰ ਆ ਚੱਲੀਏ ਇੱਧਰ ਮੈਂ ਆ ਜਾਓ ਆ ਜਾਓ मैं फोन ना लाई जो फोन लाया ना तो मैं अपने पापा दस दूंगी ਕੀ ਹਾਲ ਨੇ ਨੇਹਾ ਵਧੀਆ ਬਸ ਵਧੀਆ ਵਧੀਆ ਤੇ ਤੁਸੀਂ ਮੈਨੂੰ ਕਿਉਂ ਬੁਲਾਇਆ ਸੀ ਗੱਲ ਸੁਣ ਲੈ ਮੇਰੀ ਬੋਲੋ ਮੈਂ ਤੇਰੇ ਨਾਲ ਨਹੀਂ ਰਹਿਣਾ ਹੈਗਾ ਹੁਣ ਰਿਲੇਸ਼ਨ ਤੋਂ ਅੱਜ ਤੋਂ ਬਾਅਦ ਠੀਕ ਆ ਆ ਕਿਹੋ ਜਿਹਾ ਮਜ਼ਾਕ ਹੈ ਮਜ਼ਾਕ ਨਹੀਂ ਹੈਗਾ ਇਹ ਸੀਰੀਅਸ ਗੱਲ ਆ ਠੀਕ ਆ ਮੇਰੀ ਸੌਂ ਖਾ ਕੇ ਗਈ ਤੇਰੀ ਸੌਂ ਲੱਗੇ ਠੀਕ ਆ ਖੈਰੀ ਤੂੰ ਪਾਗਲ ਹੈ ਯਾਰ ਜਿਹੜਾ ਕੰਮ ਅਸੀਂ ਕਢਾਣਾ ਸੀ ਅਸੀਂ ਕਢਾ ਲਿਆ ਠੀਕ ਆ ਤੋ ਹੁਣ ਆਪਣੇ ਰਾਹ ਤੇ ਅਸੀਂ ਹੁਣ ਆਪਣੇ ਰਾਹ ਖੈਰੀ ਤੇਰੇ ਪਿੱਛੇ ਮੈਂ ਰੱਬ ਵਰਗੇ ਇਨਸਾਨ ਨੂੰ ਧੋਖਾ ਦਿੱਤਾ ਹੁਣ ਤੂੰ ਤਾਂ ਮੈਨੂੰ ਲਾਇ ਨਾ ਕਰ ਯਾਰ ਨਾਲੇ ਤੂੰ ਕਿਹੜਾ ਮੇਰੀ ਪਹਿਲੀ ਸਹੇਲੀ ਏ ਅਮਰਤ ਤੋਂ ਪੁੱਛ ਸਾਡੀ ਜ਼ਿੰਦਗੀ ਦਾ ਕਿੰਨੀ ਆਈਆਂ ਕਿੰਨੀਆਂ ਕੋ ਗਈਆਂ ਇਹ ਤਾਂ ਆਉਣਾ ਜਾਣਾ ਚੱਲਦਾ ਹੀ ਰਹਿਣਾ ਹੈਗਾ ਹੈ ਇੱਟਾ ਵੱਡਾ ਧੋਖਾ ਮੇਰੇ ਨਾਲ ਨੇਹਾ ਨੇ ਕੀਤਾ ਮੈਂ ਤੇ ਆਖਾ ਉਹਦੇ ਘਰ ਦੀ ਮਜਬੂਰੀ ਹੋਏਗੀ ਪਰ ਉਹ ਤਾਂ ਇੰਨਾ ਪਿੱਛੇ ਲੱਗ ਕੇ ਮੈਨੂੰ ਹੀ ਧੋਖਾ ਦੇਤਾ ਯਾਰ ਮੈਂ ਜਿਹੜਾ ਕੰਮ ਕੱਢਣਾ ਸੀ ਮੈਂ ਕੱਢ ਲਿਆ ਹੁਣ ਤੂੰ ਚੱਲ ਤੁਰਦੀ ਲੱਗ ਠੀਕ ਆ ਹੈਰੀ ਆ ਕੀ ਕਰੀ ਜਾਣਾ ਤੂੰ ਯਾਰ ਰੋਣੇ ਤੋਣੇ ਜੀ ਆਪਦੇ ਕੋਲ ਰੱਖ ਠੀਕ ਆ ਚੱਲ ਆਪਦਾ ਕੰਮ ਕਰ ਸਾਨੂੰ ਵੀ ਵਿਹਲੇ ਥੋੜੀ ਆ ਅਸੀਂ ਕੰਮ ਬੜਿਆ ਅਮਰਤ ਚੱਲ ਚੱਲੀ ਅਮਰਤ ਚੱਲ ਯਾਰ ਹੈਰੀ ਮੇਰੀ ਗੱਲ ਤਾਂ ਸੁਣ ਚੱਲ ਯਾਰ ਹਾਏ ਰੱਬਾ ਮੈਂ ਹੈਰੀ ਪਿੱਛੇ ਲੱਗ ਕੇ ਰੱਬ ਵਰਗੇ ਇਨਸਾਨ ਨੂੰ ਧੋਖਾ ਦੇਤਾ ਸੱਚ ਹੀ ਕਹਿੰਦੇ ਨੇ ਜੇ ਆਪਾਂ ਕਿਸ ਨਾਲ ਧੋਖਾ ਕਰਦੇ ਆ ਨਾ ਆਪਾਂ ਨੂੰ ਵੀ ਵਾਪਸ ਧੋਖਾ ਹੀ ਮਿਲਦਾ ਹੁਣ ਐ ਕਰਦੀ ਆ ਦੀਪ ਕੋਲੇ ਜਾਨੀ ਆ ਸ਼ਾਇਦ ਉਹੀ ਮੈਨੂੰ ਮਾਫ ਕਰ ਦੇ ਸ਼ੁਕਰ ਆ ਰੱਬਾ ਟਾਈਮ ਨਾਲ ਮੇਰੀਆਂ ਅੱਖਾਂ ਖੋਲਤੀਆਂ ਅੱਜ ਮੈਂ ਜੇ ਉਧਰ ਨਾ ਜਾਂਦਾ ਮੈਨੂੰ ਉਹਦੀ ਸੱਚਾਈ ਦਾ ਪਤਾ ਨਾ ਲੱਗਦਾ ਮੈਂ ਤਾਂ ਇਹੀ ਸੋਚਦਾ ਰਹਿੰਦਾ ਵੀ ਉਹਦੇ ਘਰਦਿਆਂ ਨੇ ਉਹਦਾ ਵਿਆਹ ਰੱਖਤਾ ਦੀਪ ਮੈਨੂੰ ਮਾਫ ਕਰ ਦੇ ਯਾਰ ਮੈਂ ਤੈਨੂੰ ਧੋਖੇ 'ਚ ਰੱਖਿਆ ਪਰ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਹੈਗੀ ਇਹ ਸਾਰੀ ਸਕੀਮ ਨਾ ਹੈਰੀ ਉਹਨਾਂ ਨੇ ਲਾਈ ਸੀ ਯਾਰ ਭਾਵੇਂ ਜਿਹਦੀ ਮਰਜ਼ੀ ਸਕੀਮ ਹੈ ਸ਼ੁਕਰ ਹੈ ਮੈਨੂੰ ਤਾਂ ਰੱਬ ਨੇ ਰੱਖ ਲਿਆ ਮੈਂ ਤਾਂ ਤੇਰੇ ਪਿੱਛੇ ਪਾਗਲ ਹੋ ਗਿਆ ਸੀ ਮੈਂ ਤਾਂ ਮਰਨ ਤੱਕ ਗਿਆ ਵਾਂ ਤੇਰੇ ਵਰਗੀਆਂ ਕੁੜੀਆਂ ਕਰਕੇ ਨਾ ਕਈ ਮੁੰਡੇ ਆਪਣੀ ਜਾਨ ਗਵਾ ਕੇ ਬਹਿ ਗਏ ਨੇ ਤੁਸੀਂ ਮੁੰਡੇ ਦਾ ਸੋਚਦੀਆਂ ਵੀ ਨਹੀਂ ਹੈਗੀਆਂ ਛੱਡ ਕੇ ਪਰਾਂ ਜਾਂਦੀਆਂ ਹੋ ਦੀਪ ਮੈਨੂੰ ਮਾਫ ਕਰ ਦੇ ਅੱਜ ਤੋਂ ਬਾਅਦ ਨਹੀਂ ਅਜਿਹੀ ਗਲਤੀ ਕਰਦੀ ਮੈਂ ਗਲਤੀ ਦੀ ਮਾਫੀ ਹੁੰਦੀ ਹੈ ਐਡੀ ਵੱਡੀ ਸਾਜ਼ਿਸ਼ ਦੀ ਨਹੀਂ ਤੁਸੀਂ ਮੇਰੇ ਨਾਲ ਸਾਜ਼ਿਸ਼ ਰਚੀ ਐਡੀ ਵੱਡੀ ਮੈਂ ਪਿਆਰ ਪਿਆਰ ਕਰਦਾ ਰਿਹਾ ਤਾਂ ਹੀ ਮੈਂ ਪਿਆਰ ਤੋਂ ਦੂਰ ਰਹਿੰਦਾ ਸੀ ਦੀਪ ਮੈਨੂੰ ਮਾਫ ਕਰ ਦੇ ਮੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਤਾਂ ਗਿਆ ਹੁਣ ਨੇਹਾ
ਤੂੰ ਇੱਥੋਂ ਤੁਰ ਜਾ, ਮੇਰੇ ਤੋਂ ਕੁਛ ਗਲਤ ਹੋ ਜਾਣਾ। ਮੈਂ ਤਾਂ ਕੁੜੀ ਤੇ ਹੱਥ ਨਹੀਂ ਚੱਕਿਆ, ਪਰ ਮੇਰੇ ਤੋਂ ਹੁਣ ਚੱਕ ਹੋ ਜਾਣਾ। ਦੀਪ ਮੈਨੂੰ ਮਾਫ ਕਰ ਦੇ। ਬਸ ਯਾਰ ਇੱਥੋਂ ਜਾ। ਦੀਪ ਲਾਸਟ ਵਾਰੀ। ਨੇਹਾ ਤੂੰ ਜਾ ਇੱਥੋਂ।